ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਨਾਲ ਲੱਗਦੇ ਵਾਰਡ ਨੰਬਰ 15 ਦੇ ਵਿੱਚ ਮੋਤੀ ਨਗਰ ਵਿਖੇ 2 ਕਰੋੜ ਦੀ ਲਾਗਤ ਨਾਲ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਉਦਘਾਟਨ MP ਰਵਨੀਤ ਬਿੱਟੂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਕੂਲ ਦਾ ਨੀਂਹ ਪੱਥਰ ਅਕਾਲੀ ਸਰਕਾਰ ਮੌਕੇ ਰੱਖਿਆ ਗਿਆ ਸੀ ਅਤੇ ਹੁਣ ਸਰਕਾਰ ਬਦਲ ਜਾਣ 'ਤੇ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਇਸ ਬਿਲਡਿੰਗ ਨੂੰ ਸਕੂਲ ਪ੍ਰਬੰਧਕਾਂ ਹਵਾਲੇ ਕੀਤਾ ਗਿਆ। ਮੈਂ ਵਧਾਈ ਦਿੰਦਾ ਇਲਾਕਾ ਵਾਸੀਆਂ ਨੂੰ, ਇਹ ਸਕੂਲ ਜਿਹੜਾ ਅੱਜ ਤਿਆਰ ਹੋ ਗਿਆ, ਬਿਲਡਿੰਗ 4-5 ਮਹੀਨੇ ਹੋ ਗਏ ਤਿਆਰ ਹੋਈ ਨੂੰ, ਪਰ ਇਹਦਾ ਰਸਮੀ ਤੌਰ 'ਤੇ ਅੱਜ ਜੋ ਕਾਂਗਰਸ ਹੈ ਉਦਘਾਟਨ ਕਰ ਰਿਹਾ, ਕਿਉਂਕਿ ਸਾਡੀ ਸਰਕਾਰ ਬਦਲਣ ਕਾਰਨ ਉਹ ਕਰ ਰਿਹਾ। ਅੱਜ ਇਹਦੇ ਵਿੱਚ ਕੁਝ ਕਾਂਗਰਸ ਵਾਲੇ ਫੋਕੀ ਸ਼ੋਹਰਤ ਚਲਾ ਰਹੇ ਵੀ ਅਸੀਂ ਬਣਾਇਆ, ਅਸੀਂ ਇਹਦਾ ਉਦਘਾਟਨ ਕਰਨਾ, ਪਰ ਉੱਜੜਿਆ ਬਾਗਾਂ ਦੇ ਗਾਲੜ ਪਟਵਾਰੀ, ਕਿਉਂਕਿ ਜਦੋਂ ਲੋਕਾਂ ਨੇ ਫਤਵਾ ਕਾਂਗਰਸ ਨੂੰ ਸਰਕਾਰ ਬਣਾ ਕੇ ਦੇਤਾ ਤਾਂ ਹੁਣ ਕ੍ਰੈਡਿਟ ਕੌਣ ਲਊਗਾ ਹੋਰ? ਦੇਖੋ, ਮੈਂ ਅੱਜ ਇਸ ਸ਼ੁਭ ਮੌਕੇ 'ਚ ਇਹ ਗੰਦੀ ਸਿਆਸਤ 'ਚ, ਛੋਟੀ ਸਿਆਸਤ 'ਚ, ਨੀਚ ਸਿਆਸਤ 'ਚ ਮੈਂ ਪੈਣਾ ਨਹੀਂ ਚਾਹੁੰਦਾ। 10 ਸਾਲ ਰੱਜੇ ਨਹੀਂ ਗਏ ਰਿਬਨ ਕੱਟ ਕੇ, ਢਿੱਡ ਭਰਿਆ ਹੀ ਨਹੀਂ ਹਜੇ, ਬਥੇਰੇ ਰਿਬਨ ਕੱਟੇ ਆ ਨਸ਼ਾ ਵੇਚਣ ਦੇ, ਬਥੇਰੇ ਰੇਤੇ ਦੇ ਰਿਬਨ ਕੱਟੇ ਆ, ਬਥੇਰੇ ਗੈਂਗ ਵਾਰਾਂ ਕਰਾ ਕਰਾ ਰਿਬਨ ਕੱਟੇ ਆ। ਇਸ ਕਰਕੇ ਲੋਕਾਂ ਦਾ ਫਤਵਾ ਮੰਨੋ, ਲੋਕਾਂ ਦੀ ਜਿਹੜੇ ਫਤਵੇ ਨੂੰ ਹਮੇਸ਼ਾ ਇਹ ਡੈਮੋਕ੍ਰੇਸੀ 'ਚ, ਲੋਕਤੰਤਰ 'ਚ ਮੰਨਣਾ ਚਾਹੀਦਾ। ਵਾਰਡ ਨੰਬਰ 15 ਦੇ ਵਿੱਚ ਸਾਡੇ ਲੁਧਿਆਣੇ ਦੇ ਮੈਂਬਰ ਆਫ ਪਾਰਲੀਮੈਂਟ ਰਮਨੀਤ ਬਿੱਟੂ ਜੀ, ਉਹਨਾਂ ਦੇ ਨਾਲ ਈਸਟ ਹਲਕੇ ਦੇ MLA ਸੰਜੇ ਤਲਵਾੜ ਜੀ, ਉਹਨਾਂ ਨੇ ਅੱਜ ਜੋ ਇਸ ਏਰੀਏ ਦੇ ਵਿੱਚ ਸਰਕਾਰੀ ਸਕੂਲ ਦੀ ਬਹੁਤ ਵੱਡੀ ਪ੍ਰੋਬਲਮ ਸੀ, ਉਸ ਚੀਜ਼ ਨੂੰ ਆਪਣੇ ਇਲੈਕਸ਼ਨਾਂ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਉਹਦੀ ਓਪਨਿੰਗ ਦਿੱਤੀ ਹੈ, ਔਰ ਇਸ ਦੇ ਨਾਲ ਹੀ ਅੱਜ ਵਾਅਦਾ ਹੋਰ ਦਿੱਤਾ ਵੀ ਇਸ ਏਰੀਏ ਦੇ ਵਿੱਚ ਈਸਟ ਹਲਕੇ ਦੇ ਵਿੱਚ ਲੜਕੀਆਂ ਦਾ ਕਾਲਜ ਨਹੀਂ ਹੈ ਜਿਸ ਦੀ ਵੀ ਉਹਦੀ ਵੀ ਬਹੁਤ ਜਲਦ ਤੋਂ ਜਲਦ ਸਟਾਰਟਿੰਗ ਦਿੱਤੀ ਜਾਵੇ ਏਰੀਆ। ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ, ਚੈਨਲ 2।